एक माइक बोले बैठ गुरु प्यारे साथ संग जी प्यार में पति बनाओ जी वाहे गुरु जी का वाहे गुरु जी की आप जिन बहुत ही प्यार नाल बेहद सुरीले गीत ने बहुत ही सुरीले आजकल सुनना सौखा हो गया यूट्यूब से या फेसबुक लाइव साडा निखा प्यारा जा वीर जिन्होंने आप जिन्हों कीर्तन श्रवण कराया भाई करमवीर सिंह इस उम्र दे विच ये साधक रियाजी कीर्तनी ने मेहनत करके गायन करने वाले आओ कुछ समा सी गुरु ग्रंथ साहब महाराज की पावन बाणी का कीर्तन आप जी ने जिस राग दे विच महाराज जी ने शब्द उच्चारण किए ने उस राग का दे विच असीं तुहानू श्रवण करा रहे हैं आवाज मेरी ठीक है सुन लो साढ़े तो बाद बहुत ही सुरीले कीर्तनी है भाई संदीप सिंह जी हजूरी रागी सचखंड श्री हरिमंदर साहब वो आप जी गुरबाणी कीर्तन श्रवण कराओगे मैं साध संगत को बेनती करूँगा कि पूरी इको कर लें कोई ठीक है पूरी कॉन्सेंट्रेशन नाल एकाग्रता नाल थोड़ा ढक आप जी ने कीर्तन सुनना है वाहेगुरु ठीक है कीर्तन तो पहला जो मेरे वीरा वालों हुक्म होया सी सानू सब तो पहला ये समझना बहुत जरूरी है कि राग की है असी कई बार सोचते हैं जदों भी राग विच कोई कीर्तन करे कि सानू शब्द समझ नहीं आता कीर्तन राग दे विच सानू समझ नहीं आता हुण सब तो वड्डी गल ये है कि गुरु ग्रंथ साहिब महाराज की समुची बाणी जो साडा ट्रेडिशन है इन्ना रिच है सारी बाणी ही क्लैसिकल राग दे विच है राग का शब्द अर्थ है प्रेम उन्ना चिर कृपा नहीं होंगी जिन्ना चिर अंदरों प्रेम ना जागे गुरु साहब लिए महाराज जी कहते हैं जिन प्रेम कियो तिन ही प्रभ पायो प्रेम होंगे परे मैं प्रेम नूं तोड़ दो प्रेम मैं तो परे हो जाना जिथे सिर्फ तू ही तू है महाराज जी कहते हैं कीर्ति कीर्ति मांगन मांगे बहुत तरीके परमेश्वर नूं लभदे ने मंगदे ने पर मिलदा किनू है भावनिया सिंह पाई जिदे अंदर भावना प्रेम जागदा राग का शब्द अर्थ प्रेम है जो गुरु ग्रंथ साहिब महाराज की बाणी है जो साडा ट्रेडिशन है इहदे विच 31 मेन राग ने कदी असीं हमेशा असीं सहज पाठ भी करते हैं साढ़े अंदर बाणी सुन का चाव भी है पर जो एक साइन ने जिमें राग की है घर की है हलाहणियाँ की ने घोड़ियाँ की ने करहले की है फुनहे बाणी
ਸੱਜੀ ਬਾਣੀ ਕੁਚੱਜੀ ਬਾਣੀ ਗੁਣਵੰਤੀ ਕਾਵ ਸ਼ੈਲੀ ਗਾਇਨ ਕਾਵ ਸ਼ੈਲੀ ਪੜਤਾਲ ਯੂਨੀਕ ਸਿੰਗਿੰਗ ਸਟਾਈਲ ਜਿਹੜੇ ਪੜਤਾਲ ਨੇ ਪੜਤਾਲਾਂ ਕਿਤੇ ਹੋਰ ਉਹਦਾ ਜ਼ਿਕਰ ਨਹੀਂ ਮਿਲਦਾ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦਾ ਅਸੀਂ ਹਮੇਸ਼ਾ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਰੂਹਾਨੀਅਤ ਦੇ ਤੌਰ 'ਤੇ ਜਾਣਿਆ ਉਹ ਤਾਂ ਪਰਮੇਸ਼ਰ ਰੂਪ ਆਪ ਸੀ ਉਹਦੇ ਨਾਲ ਨਾਲ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਜਿਹਦੇ ਵੱਲ ਸਾਡਾ ਧਿਆਨ ਨਹੀਂ ਗਿਆ ਉਹ ਕਿੰਨੇ ਵੱਡੇ ਸੰਗੀਤਕਾਰ ਸਨ ਮਿਊਜ਼ੀਸ਼ੀਅਨ ਸਨ ਕਿੰਨੇ ਵੱਡੇ ਕੰਪੋਜ਼ਰ ਤੁਸੀਂ ਦੇਖੋ ਕਿੰਨੀਆਂ ਕੰਪੋਜੀਸ਼ਨਸ ਮਹਾਰਾਜ ਨੇ ਆਪ ਕੀਤੀਆਂ ਹੋਣਗੀਆਂ ਕਿਉਂਕਿ ਸਾਰਾ ਕੀਰਤਨ ਗਾਇਆ ਹੈ ਸਾਰੀ ਬਾਣੀ ਗਾਈ ਹੈ ਅਤੇ ਸਾਡੇ ਗੁਰੂ ਸਾਹਿਬ ਰੂਹਾਨੀਅਤ ਦੇ ਨਾਲ ਨਾਲ ਉਹ ਸੰਗੀਤਕਾਰ ਵੀ ਇੰਨੇ ਵੱਡੇ ਸਨ ਉਹਨਾਂ ਨੇ ਅਸੀਂ ਤਾਂ ਇੱਕ ਕੰਪੋਜੀਸ਼ਨ ਕਰਦੇ ਹਾਂ ਅਤੇ ਸੋਚਦੇ ਹਾਂ ਇਕੱਲੇ ਗੌੜੀ ਰਾਗ ਕਿੰਨਾ ਸਭ ਤੋਂ ਵੱਧ ਬਾਣੀ ਗੌੜੀ ਰਾਗ ਦੀ ਹੈ ਅਤੇ ਮਹਾਰਾਜ ਜੀ ਨੇ ਸੇਮ 'ਤੇ ਕੰਪੋਜੀਸ਼ਨ ਗਾਈ ਹੋਈ ਮਹਾਰਾਜ ਜੀ ਨੇ ਕਿੰਨੇ ਸ਼ਬਦ ਗਾਏ ਨੇ ਇੱਕ ਗੌੜੀ ਦੇ ਮਾਝ ਰਾਗ ਦੇ ਕਿੰਨੇ ਸ਼ਬਦ ਗਾਏ ਮੈਂ ਤੁਹਾਨੂੰ ਪਹਿਲਾਂ ਗੋਲਡ ਰਾਗ ਸੁਣਾਉਂਗਾ ਇਹ ਥੋੜ੍ਹਾ ਘੱਟ ਗਾਇਆ ਜਾਂਦਾ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਦੇ ਵਿੱਚ ਇਹ ਸਮਾਗਮ ਇਹ ਸਮਾਂ ਸਾਰਾ ਬੀਤ ਰਿਹਾ ਹੈ ਅਤੇ ਮੈਂ ਇਹ ਬੇਨਤੀ ਕਰੂੰਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਪ੍ਰੇਮ ਉਜਾਗਰ ਕਰਨ ਵਾਲੀ ਇਹ ਮੇਰੇ ਨਾਲ ਇਹ ਮੇਰੇ ਸਟੂਡੈਂਟ ਨੇ ਭਾਈ ਸਤਨਾਮ ਸਿੰਘ ਜੀ ਬਹੁਤ ਪਿਆਰੀ ਸ਼ਖਸੀਅਤ ਹੈ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਇਹ ਯੂਨੀਵਰਸਿਟੀ ਤੋਂ ਗੋਲਡ ਮੈਡਲਿਸਟ ਨੇ ਐੱਮ ਏ ਦੇ ਪਰ ਮੈਂ ਇਹਨਾਂ ਨੂੰ ਇਸ ਪਾਸੇ ਲਿਆਂਦਾ ਮੈਂ ਕਿਹਾ ਸੇਵਾ ਕਰਨੀ ਅਸੀਂ ਕੌਮ ਦੀ ਇਹ ਰਬਾਬ ਸਾਜ ਵਜਾ ਰਹੇ ਨੇ ਆਸਟ੍ਰੇਲੀਆ ਪਹਿਲਾਂ ਸਿੰਗਾਪੁਰ 7 ਸਾਲ 8 ਸਾਲ ਫਿਰ ਆਸਟ੍ਰੇਲੀਆ 3 ਸਾਲ ਅਤੇ ਹੁਣ ਇੱਥੇ ਅਸੀਂ ਆਉਣਾ ਸੀ ਫਿਰ ਮੈਂ ਇਹਨਾਂ ਨੂੰ ਲੈ ਕੇ ਆਇਆ ਨਾਲ ਇਹ ਰਬਾਬ ਸਾਜ ਜਦੋਂ ਸ਼ਬਦ ਕੀਰਤਨ ਦੀ ਸ਼ੁਰੂਆਤ ਹੋਈ ਤਾਂ ਸਭ ਤੋਂ ਪਹਿਲਾਂ ਜਿਹੜਾ ਸਾਜ ਕੀਰਤਨ ਤੋਂ ਪਹਿਲਾਂ ਵੱਜਿਆ ਉਹ ਰਬਾਬ ਸੀ ਇਹ ਟਿਊਨ ਸੀ ਮਹਾਰਾਜ ਜੀ ਕਹਿੰਦੇ ਛੇੜ ਮਰਦਾਨਿਆ ਰਬਾਬ ਕਾਈ ਸਿਫਤ ਖੁਦਾ ਦੇ ਦਿਦਾਰ ਦੇ ਕਰੀਏ ਕਿ ਮਰਦਾਨਾ ਜੀ ਤੁਸੀਂ ਆਪਣੇ ਸੁਰ ਹੋਏ ਹੱਥਾਂ ਨਾਲ ਕਿਉਂਕਿ ਸੁਰ ਸੀ ਸਾਰਾ ਜੀਵਨ ਸੁਰ ਸੀ ਮਹਾਰਾਜ ਨੇ ਤਾਂ ਹੀ ਤਾਂ ਲਿਆ ਨਾ ਆਪਣੇ ਸੁਰ ਹੋਏ ਹੱਥਾਂ ਨਾਲ ਸੁਰ ਹੋਏ ਰਬਾਬ ਵਜਾਓ ਅਤੇ ਜਦੋਂ ਜਦੋਂ ਉਹ ਰਬਾਬ ਵੱਜੀ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਦਾ ਗਾਇਨ ਕੀਤਾ ਅਤੇ ਲੱਖਾਂ ਤਪਦੇ ਹਿਰਦੇ ਜੋ ਕਿੰਨੇ ਕਿੰਨੇ ਵਿਕਾਰਾਂ ਵੱਲ ਗਏ ਸਨ ਪਾਪ ਕਰ ਰਹੇ ਸਨ ਜ਼ੁਲਮ ਕਰ ਰਹੇ ਸਨ ਉਹ ਠਹਿਰਾਅ ਦੇ ਵਿੱਚ ਆ ਗਏ ਟਿਕਾਅ ਦੇ ਵਿੱਚ ਆ ਗਏ ਅਸੀਂ ਕਹਿੰਦੇ ਨਾ ਸਾਡਾ ਮਨ ਨਹੀਂ ਟਿਕਦਾ ਇਹ ਸੰਗੀਤ ਇਹ ਸਾਜ ਇਹ ਰਾਗ ਹੈ ਜਿਹੜਾ ਤੁਹਾਡੇ ਮਨ ਨੂੰ ਫੜ ਲੈਂਦਾ ਮੇਰੇ ਨਾਲ ਮੇਰਾ ਛੋਟਾ ਵੀਰ ਉਸਤਾਦ ਭਾਈ ਅਨਿਕਬਾਰ ਸਿੰਘ ਜੀ ਤਬਲੇ ਦੇ ਬੜੇ ਵੱਡੇ ਉਸਤਾਦ ਨੇ ਤੁਸੀਂ ਸੁਣੀ ਲੈਣਾ ਇਹ ਤਬਲੇ ਦੀ ਸੰਗਤ ਕਰਨਗੇ ਨਾਲ ਭਾਈ ਯੋਧਵੀਰ ਸਿੰਘ ਜੀ ਇਹ ਨਾਲ ਸਟੱਡੀ ਕਰ ਰਿਹਾ ਬੱਚਾ ਅਤੇ ਨਾਲ ਸਰੰਦਾ ਸਾਜ਼ ਛੇਤੀ ਕੋਈ ਸਿੱਖਦਾ ਨਹੀਂ ਇਹ ਸਾਜ਼ ਕਠਿਨ ਹੈ ਇਹ ਸਾਜ਼ ਹੁਣ ਸਾਡੇ ਕੋਲ ਮਾਈਕ ਉਹਨੇ ਨੇ ਅਤੇ ਇਸ ਕਰਕੇ ਉਹਦਾ ਗਲਾ ਵੀ ਬਹੁਤ ਸੋਹਣਾ ਪਰ ਅਸੀਂ ਹੁਣ ਇੰਨੇ ਕਿਉਂਕਿ ਸਾਡਾ ਜੱਥਾ ਥੋੜ੍ਹਾ ਵੱਡਾ ਹੋ ਜਾਂਦਾ ਸਾਜ਼ ਨਾਲ ਹੁੰਦੇ ਨੇ ਅਤੇ ਇਹਨਾਂ ਨੇ ਸਾਜ਼ ਵੀ ਜਿਹੜਾ ਨਾਲ ਗਾਇਨ ਨਹੀਂ ਕਰਨਾ ਆਓ ਤਾਂ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਸਾਡੇ ਜੀਵਨ ਦਾ ਜੋ ਲਕਸ਼ ਹੈ ਉਹ ਵਾਹਿਗੁਰੂ ਜੀ ਨੂੰ ਮਿਲਣਾ ਹੈ ਅਤੇ ਰਾਗ ਇੱਕ ਉੱਤਮ ਸਾਧਨ ਹੈ ਕਿਉਂਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ ਮਹਾਰਾਜ ਜੀ ਨੇ ਕੀਰਤਨ ਨੂੰ ਪ੍ਰਧਾਨ ਅਤੇ ਕੀਰਤਨਕਾਰ ਨੂੰ ਪ੍ਰਧਾਨ ਬਣਾਇਆ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਬਹੁਤ ਪਿਆਰ ਨਾਲ ਗੋਣ ਰਾਗ ਦੇ ਵਿੱਚ ਸ਼ਬਦ ਬੜਾ ਸੋਹਣਾ ਹੈ ਮਹਾਰਾਜ ਦਾ ਮਤ ਕੋ ਪਰਮ ਭੋਲੇ ਸੰਸਾਰ ਗੁਰਬਿਨ ਕੋਏ ਨਾ ਉਤਰ ਸਪਾਰ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਾਨ ਸੋ ਤੁਸੀਂ ਕਿਰਪਾ ਕਰਨੀ ਹੈ ਪਿਆਰ ਨਾਲ ਕੀਰਤਨ ਨਾਲ ਆਪਾਂ ਜੁੜੀਏ ਜੀ Thank you.
ਸਾਰੀ ਸੰਗਤ ਨਾਲ ਗਾਇਬ ਹੋ ਜਾਂਦੀ ਹੈ। Oh,
Oh,
Thank you.
ਨਾਲ ਗਾਇਨ ਕਰਿਆ ਕਰੋ, ਰਾਗ ਵੀ ਨਾਲ ਗਾਇਆ ਕਰੋ। ਸਾਨੂੰ ਕਈ ਵਾਰ ਲੱਗਦਾ ਹੈ ਕਿ ਅਸੀਂ ਰਾਗ ਕਠਿਨ ਹੈ ਨਾਲ ਗਾਉਣਾ, ਰੀਤ ਅਸੀਂ ਗਾ ਸਕਦੇ ਹਾਂ, ਇਸ ਤਰ੍ਹਾਂ ਨਹੀਂ ਹੈ। ਮੈਂ ਹਮੇਸ਼ਾ ਤਕਰੀਬਨ ਕਾਫੀ ਸੰਗਤ ਨੂੰ ਬੇਨਤੀ ਕਰਦਾ ਕਿ ਜਦੋਂ ਗੁਰੂ ਸਾਹਿਬ ਦਾ ਸੁੱਖ ਆਸਨ ਹੁੰਦਾ ਨਾ, ਅਸੀਂ ਜੋ ਸ਼ਬਦ ਕੀਰਤਨ ਸੋਹਲੇ ਦਾ ਅਖੀਰਲਾ ਸ਼ਬਦ ਕਰੋ ਬੇਨਤੀ ਸੁਣੋ ਮੇਰੇ ਮੀਤਾ, ਕਿ 19 ਮਾਤਰ ਚ ਅਸੀਂ ਗਾਇਨ ਕਰਦੇ ਹਾਂ। 19 ਮਾਤਰ 19 ਬੀਟਸ ਬਹੁਤ ਟਫ ਨੇ, ਔਖੀਆਂ ਨੇ, ਪਰ ਮੈਂ ਸ਼ਹਿਰਾਂ ਦੇ ਵਿੱਚ ਵਿਲੇਜਸ ਦੇ ਵਿੱਚ ਜਾ ਕੇ ਹਰ ਕੰਟਰੀ 'ਚ ਜਾ ਕੇ ਦੇਖਿਆ, ਜਿੱਥੇ ਸੰਗੀਤ ਨਹੀਂ ਕਿਸੇ ਨੇ ਸਿੱਖਿਆ ਜਾਂ ਪਿੰਡਾਂ ਦੇ ਵਿੱਚ ਰਾਗ ਵਰਡ ਹੀ ਨਹੀਂ ਉਹਨਾਂ ਦੇ ਅੰਦਰ ਆਇਆ, ਉਹ ਵੀ ਉਹਨੂੰ ਤਾਲ 'ਚ ਗਾ ਰਹੇ ਨੇ। ਕਰੋ ਬੇਨਤੀ ਸੁਣੋ ਮੇਰੇ ਮੀਤਾ, 10 ਮਾਤਰ ਦੀ ਕੰਪੋਜੀਸ਼ਨ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਨਾ। ਇਹ 9 ਮਾਤਰ, 19 ਮਾਤਰ ਦੇ ਵਿੱਚ, ਅਤੇ ਕੋਈ ਬੇਤਾਲਾ ਨਹੀਂ ਹੁੰਦਾ ਕਦੇ। ਤੁਸੀਂ ਪ੍ਰੈਕਟੀਕਲ ਦੇਖ ਲਓ, ਤੁਸੀਂ ਵੀ ਤਾਲ 'ਚ ਹੋਵੋਗੇ। ਜੇ ਅਸੀਂ 19 ਮਾਤਰ ਨੂੰ ਗਾ ਸਕਦੇ ਹਾਂ ਤਾਂ ਅਸੀਂ ਇਹ ਚਾਪਤਾਲ 10 ਮਾਤਰ 'ਤੇ ਬਹੁਤ ਸੌਖੀ ਹੈ। ਹੁਣ ਮੈਂ 3 ਤਾਲ 16 ਬੀਟਸ ਦੇ ਵਿੱਚ ਆਪਣੇ ਸ਼ਬਦ ਸਰਵਣ ਕਰਾਊਂਗਾ, ਬਹੁਤ ਸੌਖਾ ਹੈ। ਮੈਂ ਹਮੇਸ਼ਾ ਇਹ ਬੇਨਤੀ ਕਰਦਾ ਸਾਧ ਸੰਗਤ ਜੀ ਕਿ ਅਸੀਂ ਇਸ ਚੀਜ਼ ਨੂੰ ਵੀ ਜ਼ਰੂਰ ਸਮਝਣਾ ਹੈ ਕਿ ਮਹਾਰਾਜ ਦੀ ਬਾਣੀ ਰਾਗਾਂ ਦੇ ਵਿੱਚ। ਸਾਨੂੰ ਸੋਚਣਾ ਹੀ ਨਹੀਂ ਚਾਹੀਦਾ ਕਿ ਰਾਗ ਸਾਨੂੰ ਸਮਝ ਨਹੀਂ ਆਉਂਦੇ, ਸਾਨੂੰ ਇਹ ਗੱਲ ਸੋਚਣੀ ਵੀ ਨਹੀਂ ਚਾਹੀਦੀ, ਕਿਉਂਕਿ ਗੁਰੂ ਸਾਹਿਬਾਂ ਨੇ ਭਗਤਾਂ ਨੇ ਇਸ ਤਰ੍ਹਾਂ ਗਾਇਆ, ਮਤਲਬ ਇੰਨੀ ਵਡਿਆਈ ਰਾਗ ਨੂੰ ਵੀ ਇੰਨੀ ਮਹਾਨਤਾ ਮਹਾਰਾਜ ਜੀ ਨੇ ਦਿੱਤੀ ਕਿ ਆਪਣੇ ਨਾਮ ਤੋਂ ਪਹਿਲਾਂ, ਮਹੱਲਾ ਤੋਂ ਪਹਿਲਾਂ ਰਾਗ ਦਾ ਜ਼ਿਕਰ ਹੈ, ਰਾਗ ਆਸਾ ਫਿਰ ਮਹੱਲਾ ਪੰਜਵਾਂ। ਇਸ ਕਰਕੇ ਮੈਂ ਆਪ ਜੀ ਨੂੰ ਸੂਹੀ ਰਾਗ ਦੇ ਵਿੱਚ ਬੜਾ ਪਿਆਰਾ ਰਾਗ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਬੜਾ ਪਿਆਰਾ, ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੈ, ਐਸਾ ਗਿਆਨ ਜਪੋ ਮਨ ਮੇਰੇ, ਹੋ ਚਾਕਰ ਸਾਚੇ ਕਿਰੇ ਪਿਆਰ ਨਾਲ ਸਰਵਣ ਕਰੋ। ਐਸਾ ਗਿਆਨ ਜਪੋ ਮਨ ਮੇਰੇ, ਐਸਾ ਗਿਆਨ ਜਪੋ ਸਾਰੇ ਗਾਓ, ਮਨ ਮੇਰੇ ਐਸਾ ਗਿਆਨ ਜਪੋ, ਮਨ ਮੇਰੇ ਐਸਾ ਗਿਆਨ ਜਪੋ ਸਾਰੇ ਕਿਰਪਾ ਕਰੋ, ਮਨ ਐਸਾ ਗਿਆਨ ਜਪੋ, ਮਨ ਮੇਰੇ ਐਸਾ ਗਿਆਨ ਜਪੋ, ਮਹਾਰਾਜ ਜੀ ਕਹਿੰਦੇ ਨੇ ਗਾਵੋ ਕੋ ਤਾਣ
ਜਿਹੜੇ ਥੋੜੇ ਤਾਣ ਲਾ ਕੇ ਗਾਉਂਦੇ ਨੇ ਹੋਵੇ ਕਿਸੇ ਤਾਣ ਨਾਲ ਉਹਨਾਂ ਦੇ ਅੰਦਰ ਸ਼ਕਤੀ ਪੈਦਾ ਹੁੰਦੀ ਇਸ ਕਰਕੇ ਪੂਰੀ ਤਾਣ ਲਗਾਏ ਜੀ Thank you.
सेवा करे सोचा कर सेवा करे साचे के
ਆਓ ਆਪ ਜੀ ਨੂੰ ਤਿਲੰਗ ਰਾਗ ਮੈਂ ਸਰਵਣ ਕਰਾਉਂਦਾ, ਉਸ ਤੋਂ ਬਾਅਦ ਸਮਾਪਤੀ ਹੈ। ਦਾਸ ਇੱਕ ਬੇਨਤੀ ਵੀ ਕਰਕੇ ਜਾਏਗਾ ਕਿ ਅਸੀਂ ਇੱਕ ਪ੍ਰੋਜੈਕਟ ਕਰ ਰਹੇ ਹਾਂ ਸ਼ਬਦ ਨਾਲ, ਗੁਰੂ ਨਾਨਕ ਮਾਲਕ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਸਾਂਝੇ ਕਿਵੇਂ ਹਨ। ਸ਼ਬਦ ਨਾਥ ਐਚ ਨਹੀਂ ਆਏਗਾ, ਐਸ ਏ ਬੀ ਏ ਡੀ ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਸ਼ਬਦ ਐਸ ਏ ਬੀ ਏ ਡੀ ਐਨ ਏ ਏ ਡੀ। ਫੇਸਬੁੱਕ 'ਤੇ ਤੁਸੀਂ ਪੇਜ ਲਾਈਕ ਵੀ ਕਰੋ। ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਬਾਣੀ ਦੇ 135 ਸ਼ਬਦ ਜੋ ਇੰਡੀਆ ਦੇ ਟੌਪ ਦੇ ਸੰਗੀਤਕਾਰ ਨੇ, ਉਹਦੇ ਵਿੱਚ 40 ਕੀਰਤਨਕਾਰ ਨੇ ਅਤੇ 60 ਆਰਟਿਸਟ ਜੋ ਕਲਾਸੀਕਲ ਮਿਊਜ਼ਿਕ ਅਤੇ ਬਾਲੀਵੁੱਡ ਦੇ ਜਿਹੜੇ ਟੌਪ ਦੇ ਆਰਟਿਸਟ ਨੇ ਜਿਨ੍ਹਾਂ ਦਾ ਕਲਾਸੀਕਲ ਬੇਸ ਹੈ, ਅਤੇ 33 ਸਾਲ ਇੰਸਟਰੂਮੈਂਟਸ ਪਲੇ ਕਰਨ ਵਾਲੇ, ਉਹ ਵੀ ਤਕਰੀਬਨ 20 ਦੇ ਕਰੀਬ ਹੈਗੇ ਨੇ, ਜਿਨ੍ਹਾਂ ਦੇ ਵਿੱਚ ਉਸਤਾਦ ਜ਼ਾਕਰ ਹੁਸੈਨ ਤੋਂ ਲੈ ਕੇ 13 ਤਬਲਾ ਵਾਦਕ ਨੇ ਜਿਹੜੇ ਟੌਪ ਦੇ ਨੇ, ਉਸਤਾਦ ਅਹਿਮਦ ਅਲੀ ਖਾਨ ਸਾਹਿਬ, ਸ਼ਾਹਿਦ ਪਰਵੇਜ ਜੀ, ਕੌਸ਼ਕੀ ਚੱਕਰਵਰਤੀ, ਹਰੀਹਰਨ, ਸ਼ੰਕਰ ਮਹਾਦੇਵਨ ਅਤੇ ਗੁਰੂ ਦੇ ਸਾਰੇ ਕੀਰਤਨੀ ਜਿਹੜੇ ਜਿਨ੍ਹਾਂ ਨੂੰ ਤੁਸੀਂ ਜਾਣਦੇ। ਉਹ ਇੱਕ ਪ੍ਰੋਜੈਕਟ ਸਾਡਾ ਪਿਛਲੇ 2.5 ਸਾਲ ਤੋਂ ਚੱਲ ਰਿਹਾ, ਜਿਹੜਾ 2 ਮਹੀਨੇ 'ਚ ਰਿਲੀਜ਼ ਹੋਏਗਾ। ਉਸ ਪ੍ਰੋਜੈਕਟ ਦਾ ਮੰਤਰ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ 135 ਸ਼ਬਦ ਨੇ ਰਾਗਾਂ ਦੇ ਵਿੱਚ, ਇੱਕ 2-2 ਸਾਰਿਆਂ ਨੇ ਰਿਕਾਰਡ ਕੀਤੇ ਨੇ, ਅਤੇ ਗੁਰੂ ਗ੍ਰੰਥ ਸਾਹਿਬ ਦੇ 31 ਮੁੱਖ ਰਾਗ ਨੇ, 31 ਪ੍ਰਕਾਰ ਨੇ, ਕੁਛ ਪੜਤਾਲਾਂ ਨੇ, ਗੁਰਬਾਣੀ ਗਾਇਨ ਸ਼ੈਲੀਆਂ ਜਿਵੇਂ ਫੋਕ, ਹਲਾਣੀਆਂ, ਘੋੜੀਆਂ, ਭੈਣਾਂ ਗਾਉਂਦੀਆਂ ਨੇ ਨਾ ਭਰਾ ਦੇ ਵਿਆਹ 'ਚ, ਅਤੇ ਮਹਾਰਾਜ ਜੀ ਨੇ ਗਾਏ ਉਹ ਕਿਹੜੀਆਂ ਘੋੜੀਆਂ ਨੇ, ਲਾਵਾਂ ਜਿਸ ਜਿਸ ਰਾਗ ਦੇ ਵਿੱਚ ਮਹਾਰਾਜ ਜੀ ਨੇ ਸੂਹੀ ਰਾਗ ਦੇ ਵਿੱਚ ਉਚਾਰਨ ਕੀਤੀਆਂ, ਉਸ ਰਾਗ ਦੇ ਵਿੱਚ ਫੁਲਹੇ ਬਾਣੀ, ਚੌ ਬੋਲੇ, ਛੰਤ, ਮੁੰਦਾਵਣੀ ਬਾਣੀ ਭਾਈ ਹਰਜਿੰਦਰ ਸਿੰਘ ਸ਼ਿਵਨਗਰ ਵਾਲੇ ਨੇ ਮੁੰਦਾਵਣੀ ਗਾਈ। ਇਸ ਤਰ੍ਹਾਂ ਸਾਰਾ ਹੀ ਪ੍ਰੋਜੈਕਟ ਸਾਡਾ ਲਾਂਚ ਹੋਣਾ, ਅਤੇ ਮੈਂ ਸੰਗਤ ਨੂੰ ਇਹ ਬੇਨਤੀ ਕਰੂੰਗਾ ਕਿ ਉਹਨੂੰ ਲੈ ਕੇ ਸੁਣਨਾ ਤੁਸੀਂ। ਨੀਅਰ ਅਬਾਊਟ ਅਪ੍ਰੈਲ ਦੇ ਵਿੱਚ ਇੱਥੇ ਡਿਵਾਈਸ ਬਣੇਗੀ, ਉਹਨੂੰ ਪਹੁੰਚ ਜਾਏਗੀ। ਮੰਤਰ ਕੇਵਲ ਇੰਨਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਿਹੜੇ ਪਿਆਰੇ ਪਿਆਰੇ ਰਾਗ ਨੇ, ਕਿਵੇਂ ਦੇ ਰਾਗ ਨੇ ਅਤੇ ਕਿਵੇਂ ਉਹਨਾਂ ਸੰਗੀਤਕਾਰਾਂ ਨੇ, ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਨਾਂ ਆਇਆ ਅਤੇ ਮੈਂ ਉਹਨਾਂ ਦੀਆਂ ਅੱਖਾਂ 'ਚ ਪਾਣੀ ਦੇਖਿਆ ਰਿਕਾਰਡਿੰਗ ਸਿਰੇ, ਗੁਰੂ ਦਾ ਸ਼ਬਦ ਗਾਨ ਕਰਕੇ ਕਈ ਵਿੱਚੋਂ ਅੱਖਾਂ 'ਚ ਪਾਣੀ ਵਗ ਰਿਹਾ ਸੀ, ਰੋ ਰਿਹਾ ਸੀ, ਪਿਆਰ ਜਾਗ ਰਿਹਾ ਸੀ, ਵੈਰਾਗ ਜਾਗ ਰਿਹਾ ਸੀ। ਇੰਨੀ ਸੁੱਖ ਦੇਣ ਵਾਲੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ। ਅਸੀਂ ਪਹਿਲੀ ਵਾਰੀ UK ਆਏ ਹਾਂ, ਹੋਰ ਬਹੁਤ ਕੰਟਰੀਸ 'ਚ ਅਸੀਂ ਜਾਂਦੇ ਹਾਂ ਅਤੇ ਗੁਰਮਤਿ ਸੰਗੀਤ ਦਾ ਹੀ ਪ੍ਰਚਾਰ ਕਰਦੇ ਹਾਂ ਕਿ ਮਹਾਰਾਜ ਦੀ ਬਾਣੀ ਜੋ ਰਾਗਾਂ ਦੇ ਵਿੱਚ ਹੈ, ਸੰਗਤ ਇਹਨੂੰ ਜ਼ਰੂਰ ਸੁਣੇ ਅਤੇ ਗਾਇਨ ਕਰੇ। ਮੈਨੂੰ ਪਤਾ ਜੋ ਰੁਝਾਨ ਹੈ, ਸਾਰੇ ਹੀ ਪਿਆਰੇ ਕੀਰਤਨੀ ਨੇ ਜਿਨ੍ਹਾਂ ਨੇ ਆਪ ਜੀ ਨੂੰ ਸ਼ਬਦ ਸਰਵਣ ਕਰਾਇਆ, ਮਹਾਰਾਜ ਤੋਂ ਬਖਸ਼ੇ ਹੋਏ ਨੇ, ਉਹਦੇ ਨਾਲ ਨਾਲ ਜੋ ਇਹ ਸਾਡਾ ਟ੍ਰੈਡੀਸ਼ਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਇਹਨੂੰ ਵੀ ਅਸੀਂ ਜ਼ਰੂਰ ਸੁਣਨਾ ਹੈ। ਐਸਾ ਗਿਆਨ ਸੂਹੀ ਰਾਗ ਸੀ ਆਪ ਜੀ ਨੇ ਸਰਵਣ ਕਰਾਇਆ। ਹੁਣ ਮੈਂ ਤਿਲੰਗ ਰਾਗ ਦਾ ਸ਼ਬਦ, ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰ, ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਅਧਾਰਾ, ਕਰੀਮਾ ਰਹੀਮਾ ਅੱਲਾਹ ਤੋਂ ਗਰੀਬ। ਇਹ ਪਿਆਰ, ਬੜੇ ਪਿਆਰ ਨਾਲ ਸ਼ਬਦ ਆਪ ਜੀ ਸਰਵਣ ਕਰੋ, ਉਪਰੰਤ ਸਮਾਪਤੀ ਕਰਾਂਗੇ। ਸਾਡੇ ਵੀਰਾਂ ਦਾ ਯੋਗਦਾਨ ਹੈ ਜਿਨ੍ਹਾਂ ਨੇ ਸਾਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਕਮ ਆਇਆ। ਮੰਤਵ ਕੇਵਲ UK ਵੀ ਆਉਂਦਾ ਇਹ ਹੈ ਕਿ ਗੁਰਮਤਿ ਸੰਗੀਤ ਦਾ ਪ੍ਰਚਾਰ ਅਸੀਂ ਵੱਧ ਤੋਂ ਵੱਧ ਕਰ ਸਕੀਏ। ਸਾਨੂੰ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਜਵੰਦੀ ਟਕਸਾਲ, ਜਿਨ੍ਹਾਂ ਤੋਂ ਅਸੀਂ ਬਹੁਤ ਲੰਬਾ ਸਮਾਂ ਰਹੇ, ਉਹਨਾਂ ਨੇ ਗੱਲ ਇੱਥੇ ਸਿਧਾਂਤ ਦੀ ਹੈ। ਉਹਨਾਂ ਨੇ ਹੁਕਮ ਕੀਤਾ ਸੀ ਕਿ ਗੁਰਮਤਿ ਸੰਗੀਤ ਦਾ ਰਹਿੰਦੇ ਸਵਾਸਾਂ ਤੱਕ ਪ੍ਰਚਾਰ ਕਰਨਾ। ਸੋ ਉਸ ਦੇ ਅੰਤਰਗਤ ਇਹ 33 ਸਾਜ ਆਪ ਜੀ ਨੇ ਸੁਣੇ, ਇਹ ਸਰਨ ਦਾ ਸਾਜ ਅਤੇ ਤਬਲਾ। ਹੋਰ ਵੀ ਕੱਲ੍ਹ ਪਰਸੋਂ ਸਾਡਾ ਬੱਚਾ ਆਸਟ੍ਰੇਲੀਆ ਤੋਂ ਆਏਗਾ, ਬਿਮਲ ਸਿੰਘ ਸਟੂਡੈਂਟ ਹੈ ਇਹਨਾਂ ਦਾ, ਉਹ ਤਾਊ ਸਾਜ ਵਜਾਏਗਾ ਨਾਲ ਇੱਕ ਮਹੀਨਾ। ਸੋ ਉਹ ਵੀ ਆਪ ਜੀ ਨੇ ਸਾਜ ਨੂੰ ਸਰਵਣ ਕਰਨਾ। ਗੁਰੂ ਹਰਗੋਬਿੰਦ ਮਹਾਰਾਜ ਜੀ ਤਾਊ ਸਾਜ ਨਾਲ ਕੀਰਤਨ ਕਰਿਆ ਕਰਦੇ ਸਨ। ਆਓ ਪਿਆਰ ਨਾਲ ਇੱਕ ਸ਼ਬਦ ਸਰਵਣ ਕਰਕੇ ਫਿਰ ਅਸੀਂ
ਸਾਡੀ ਉੱਥੇ ਲੰਡਨ ਵੀ ਹਾਜ਼ਰੀ ਹੈ, ਸੋ ਪਿਆਰ ਨਾਲ ਸਾਊਥ ਹਾਰਬਰ ਅਸੀਂ ਉੱਥੇ ਪਹੁੰਚਣਾ 3 ਵਜੇ ਤਕਰੀਬਨ, ਆਓ ਪਿਆਰ ਨਾਲ ਕਰਨਾ ਚਾਹੀਦਾ। ਸਾਨੂੰ ਬੜਾ ਚੰਗਾ ਲੱਗਾ ਜਿਤਨੀ ਵੀ ਸੰਗਤ ਬੈਠੀ ਹੈ ਸਾਰਿਆਂ ਨੇ ਪਿਆਰ ਨਾਲ ਸੁਣਿਆ, ਛੋਟੇ ਬੱਚੇ ਵੀ ਬੈਠ ਕੇ ਸੁਣ ਰਹੇ ਨੇ, ਬੜੀ ਚੰਗੀ ਗੱਲ ਹੈ। ਜਿਤਨੀ ਵੀ ਸੰਗਤ ਬੈਠੀ ਹੈ ਉਹ ਪਿਆਰ ਨਾਲ ਸੁਣੇ ਮਾਰੇ ਦੀ ਗੱਲ। ਅਤੇ ਦੂਸਰੀ ਗੱਲ, ਅਸੀਂ ਕਲਾਸਿਸ ਵੀ ਲੈਣੀਆਂ ਨੇ ਸਾਰੇ ਗੁਰਬਾਣੀ ਜਿੰਨੇ ਵੀ 33 ਸਾਲ ਨੇ, ਰਬਾਬ, ਬਿਲਵਾ, ਸਰੰਗਾ, ਸਰੰਗੀ, ਕਿਸੇ ਨੇ ਸਿੱਖਣਾ ਹੋਵੇ ਗੁਰਬਾਣੀ ਕੀਰਤਨ ਰਾਗਾਂ ਦੇ ਵਿੱਚ, ਉਹਨਾਂ ਦੇ ਕਲਾਸਿਸ ਵੀ ਨੇ। ਭਾਈ ਗੁਰਰਾਜਨ ਸਿੰਘ, ਇਹਨਾਂ ਨੂੰ ਆਪ ਦਿਲ ਸਕਦੇ ਹੋ ਅਤੇ ਉਹ ਵੱਧ ਤੋਂ ਵੱਧ ਲਾਹਾ ਲਿਓ। ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਅੱਲਾਹ ਤੂੰ।
नहीं
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।